ਕਰੋਨਾ ਨੇ ਪੂਰੀ ਜ਼ਿੰਦਗੀ ਬਦਲ ਦਿੱਤੀ ਹੈਗੀ ਔਰ ਪੰਜਾਬ ਦਾ ਆਰਥਿਕ ਸਮਾਜਿਕ ਭੂਗੋਲਕ ਕਹਿ ਸਕਦੇ ਜਿੰਨੇ ਵੀ ਉਹ ਸਾਰਾ ਉੱਤੇ ਕਾਫੀ ਅਸਰ ਪਿਆ ਹੈਗਾ ਕਾਰਨ ਸਾਫ ਆ ਕਿ ਇੰਡਸਟਰੀ ਵੀ ਤਬਾਹੀ ਹੈ ਰੁਜ਼ਗਾਰ ਵੀ ਖੁੱਸਿਆ ਹੈਗੇ ਨੇ ਸਰਕਾਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਨੇ ਲੋਕਾਂ ਨੇ ਇੱਕ ਦੂਜੇ ਦਾ ਬਾਹ ਫੜੀ ਹੈਗੀ ਆ ਇਹਨਾਂ ਮੁੱਦਿਆਂ ਤੋਂ ਇਲਾਵਾ ਅਸੀਂ ਹੋਰ ਮੁੱਦਿਆਂ ਤੇ ਵੀ ਗੱਲਬਾਤ ਕਰਾਂਗੇ ਇਸ ਸਮੇਂ ਸਾਡੇ ਨਾਲ ਨੇ ਸੀਪੀਐਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੇਕੋ ਸਾਬਾਗਰ ਕਰੋਨਾ ਦੀ ਪਹਿਲਾਂ ਗੱਲ ਕੀਤੀ ਜਾਵੇ ਪੰਜਾਬ ਦੀ ਆਪਾਂ ਧਿਆਨ ਵਿੱਚ ਰੱਖ ਕੇ ਗੱਲ ਕੀਤੀ ਜਾਵੇ ਸਰਕਾਰ ਦੇ ਪ੍ਰਬੰਧਾਂ ਨੂੰ ਕਿਵੇਂ ਦੇਖਿਆਗਾ ਵਖੋ ਜਿਹੜਾ ਕਰੋਨਾ ਮਹਾਮਾਰੀ ਨੂੰ ਜਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਸੀ ਸਬਾਈ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਉਸ ਤਰ੍ਹਾਂ ਡੀਲ ਨਹੀਂ ਹੋਇਆ ਹੈ ਤਿਆਰੀ ਨਹੀਂ ਹੋਈ ਬਿਨਾਂ ਤਿਆਰੀ ਤੋਂ ਕੇਂਦਰ ਤੇ ਸਵੈ ਸਰਕਾਰ ਨੇ ਲੋਕਡਾਊਨ ਥੋਪ ਦਿੱਤਾ ਲੋਕਾਂ ਤੇ ਜੀ ਤਿਆਰੀ ਲਈ ਭਾਰਤ ਸਰਕਾਰ ਕੋਲੇ ਔਰ ਪੰਜਾਬ ਸਰਕਾਰ ਕੋਲੇ 2 ਮਹੀਨੇ ਦਾ ਲਗਭਗ ਸਮਾਂ ਸੀ ਜੀ 30 ਜਨਵਰੀ ਨੂੰ ਪਹਿਲਾ ਕੇਸ ਆਇਆ ਸੀ ਜੇ ਉਸ ਸਮੇਂ ਤੋਂ ਤਿਆਰੀ ਕਰਦੇ ਤਾਂ ਉਹ ਤਿਆਰੀ ਨਾ ਕੇਂਦਰ ਨੇ ਕੀਤੀ ਨਾ ਸਵੈ ਸਰਕਾਰਾਂ ਦੀ ਕਰਾਈ ਸવાય ਕਰਲਾ ਗਵਰਨਮੈਂਟ ਤੋਂ ਪਹਿਲਾ ਮਹੀਨਾ ਕੇਂਦਰ ਸਰਕਾਰ ਨੇ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੂੰ ਸਲਾਮ ਕਰਨ ਤੇ ਲਾਤਾ ਤੇ ਲੱਖਾਂ ਲੋਕ ਇਕੱਠੇ ਕੀਤੇ ਅਹਮਦਾਬਾਦ ਚ ਜਿਹਦਾ ਨਤੀਜਾ ਅਹਮਦਾਬਾਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਜੀ। ਦੂਸਰਾ ਮਹੀਨਾ ਮੋਦੀ ਸਰਕਾਰ ਨੇ ਤਿਆਰੀ ਲਈ ਨਹੀਂ। ਸਿਰਫ ਮੱਧ ਪ੍ਰਦੇਸ਼ ਦੀ ਕਾਂਗਰਸ ਦੀ ਸਰਕਾਰ ਨੂੰ ਤੋੜਨ ਤੇ ਲਾਤਾ ਤੇ ਐਮਐਲਏ ਖਰੀਦਣ ਨੂੰ। ਜਿਸ ਦਿਨ ਉਹਨੂੰ ਸੌਂਚ ਕਾਤੀ ਉੱਥੇ ਵੀ ਪਬਲਿਕ ਇਕੱਠਾ ਕੀਤਾ ਗਿਆ। ਉੱਥੇ ਫਿਜ਼ੀਕਲ ਡਿਸਟੈਂਸਿੰਗ ਕਿੱਥੇ ਸੀ? ਜੀ। ਇਹਦਾ ਜਵਾਬ ਮੋਦੀ ਨੂੰ ਕਰਨਾ ਪਏਗਾ ਲੋਕਾਂ ਨੂੰ। ਉਹਦੇ ਨਾਲ ਜਦੋਂ ਹੀ ਉਹ ਮਸਲਾ ਹੱਲ ਹੋ ਗਿਆ ਤੇ ਨੈਕਸਟ ਡੇ ਲਾਕਡਾਊਨ ਕਰ ਦਿੱਤਾ ਲਾਕਡਾਊਨ ਦੇ ਕਰਦਿਆਂ ਹੋਇਆਂ ਵੀ ਸਿਰਫ 4 ਘੰਟੇ ਦਾ ਸਮਾਂ ਦਿੱਤਾ ਭਾਰਤ ਵਾਸੀਆਂ ਨੂੰ ਜੀ 8 ਵਜੇ ਕੌਮ ਨੂੰ ਸਬੋਧਨ ਕਰਦਾ ਤੇ 12 ਵਜੇ ਲਾਕਡਾਊਨ ਹੋ ਜਾਂਦਾ ਤੇ 12 ਵਜੇ 4 ਘੰਟਿਆਂ ਦੇ ਵਿੱਚ ਜਿੰਨੇ ਪ੍ਰਵਾਸੀ ਮਜ਼ਦੂਰ ਵਿਦਿਆਰਥੀ ਟੂਰਿਸਟ ਟਰਾਂਸਪੋਰਟਰ ਜਿੰਨੇ ਗਏ ਸੀ ਵੱਖ-ਵੱਖ ਸੂਬਿਆਂ ਚੋਂ ਸਾਰੇ ਆਪਾਂ ਆਪਣੇ ਥਾਂ ਤੇ ਹੱਫਸ ਗਏ ਬਹੁਤ ਬੁਰੀ ਹਾਲਤ ਹੋਈ ਉਹਨਾਂ ਦੀ ਇਹਦੇ ਵਾਸਤੇ ਚਾਹੀਦਾ ਏ ਸੀ ਸਰਕਾਰ ਨੂੰ ਜੇ ਮਹਾਮਾਰੀ ਦੇ ਨਾਲ ਨਜਿੱਠਣ ਵਾਸਤੇ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਹਾਇਰ ਲੈਵਲ ਤੇ ਪੂਰੀ ਤਿਆਰੀ ਕਰਨੀ ਚਾਹੀਦੀ ਟੈਸਟਿੰਗ ਕਿੱਟਾਂ ਦਾ ਪ੍ਰਬੰਧ ਹੁੰਦਾ ਪੀਪੀ ਕਿੱਟਾਂ ਦਾ ਪ੍ਰਬੰਧ ਹੁੰਦਾ ਵੈਂਟੇਲੇਟਰ ਦਾ ਵੈਂਟੇਲੇਟਰ ਚਾਹੀਦਾ ਸੀ ਸਾਨੂੰ ਉਹ ਨਹੀਂ ਹੈ ਤੇ ਨਾਲ ਮੈਡੀਸਨ ਤਾਂ ਇਹਦੀ ਹੈ ਹੀ ਨਹੀਂ ਅਜੇ ਤੱਕ ਉਹਦੀ ਕੋਈ ਲੋਕੇਟ ਨਹੀਂ ਹੋਈ ਹੈਗੀ ਇਹ ਸਾਰੇ ਦੇ ਪ੍ਰਬੰਧ ਕਰਨ ਦੀ ਬਜਾਏ ਸਰਕਾਰ ਨੇ ਆਪਣਾ ਰਾਜਨੀਤਿਕ ਮਸਲਾ ਹੱਲ ਕਰਦਿਆਂ ਹੋਇਆ ਮੁੜ ਕੇ ਲੋਕਾਂ ਨੂੰ ਵਿਪਤਾ ਚ ਪਾ ਦਿੱਤਾ ਅੱਛਾ ਹੁਣ ਫੇਰ ਕਿਤੇ ਲੋਕਡਾਊਨ ਲੱਗ ਜਾਣੇ ਕਰਫੂ ਲੱਗ ਜਾਣੇ ਹੈ ਕਿ ਹੁਣ ਤੁਹਾਨੂੰ ਲੱਗਦਾ ਕਿ ਹੁਣ ਵਿਆਰ ਇਲੈਕਸ਼ਨ ਕਰਕੇ ਵੀ ਸਭ ਕੁਝ ਹੋ ਰਿਹਾ ਹੈ ਜੀ ਮੇਰੀ ਇਹ ਸਮਝ ਆ ਪਾਰਟੀ ਦੀ ਵੀ ਇਸ ਵੇਲੇ ਲੋਕਡਾਊਨ ਲਾਉਣ ਦੀ ਸਥਿਤੀ ਵਿੱਚ ਕੋਈ ਨਹੀਂ ਹੈ ਅਫਵਾਹਾਂ ਜਾਂ ਗੱਲਾਂ ਜੋ ਮਰਜ਼ੀ ਕਰੇ ਕਿਉਂਕਿ ਦੇਸ਼ ਦੀ ਔਰ ਪੰਜਾਬ ਦੀ ਆਰਥਿਕਤਾ ਇੰਨੀ ਤਬਾਹ ਹੋ ਚੁੱਕੀ ਆ ਤੇ ਲੋਕਡਾਊਨ ਨਾਲ ਹੋਰ ਤਬਾਹੀ ਹੋ ਜਾਏਗੀ ਸਾਡੇ ਆਂਡਗਵਾਂਡ ਦੇ ਜਿੰਨੇ ਮੁਲਕ ਨੇ ਜਾਂ ਏਸ਼ੀਆ ਦੇ ਜਿੰਨੇ ਮੁਲਕ ਨੇ ਉਹਨਾਂ ਨੇ ਲੋਕਡਾਊਨ ਨਹੀਂ ਕੀਤਾ ਕਿ ਸਾਰੇ ਮੁਲਕ ਮਰ ਗਏ ਇਸ ਵਾਸਤੇ ਜਿਹੜਾ ਲੋਕਡਾਊਨ ਕਰਨਾ ਬਿਨਾ ਤਿਆਰੀ ਤੋਂ ਇਹ ਸਿਰਫ ਡਰਾਵਾ ਦਿੱਤਾ ਜਾ ਰਿਹਾ ਕਰੋਨਾ ਦੇ ਨਾਮ ਦੇ ਤੇ ਡਰਾਇਆ ਜਾ ਰਿਹਾ ਇਸ ਵਾਸਤੇ ਡਰਾਉਨ ਦਾ ਸਵਾਲ ਲਈਏ ਮੇਰਾ ਇਹ ਮੰਨਣਾ ਹੈ ਸਾਡੀ ਪਾਰਟੀ ਦਾ ਵੀ ਇਹਦੇ ਲਈ ਐਜੂਕੇਸ਼ਨ ਦਾ 파ਰਟ ਆ ਲੋਕਾਂ ਨੂੰ ਸਮਝਾਇਆ ਜਾਵੇ ਵੀ ਇਹ ਵਾਇਰਸ ਤੋਂ ਕਿੱਦਾਂ ਬਚਣਾ ਤੁਸੀਂ ਇਹਦਾ ਮੁਕਾਬਲਾ ਕਿਵੇਂ ਕਰਨਾ ਜੇ ਲੋਕਾਂ ਨੂੰ ਹੌਸਲਾ ਦਿੱਤਾ ਜਾਵੇ ਲੋਕ ਲੜਨਗੇ ਉਹਨਾਂ ਦੀ ਇਮਿਊਨਿਟੀ ਨੂੰ ਕਿਵੇਂ ਤਕੜਿਆ ਕਰਨਾ ਉਹਨਾਂ ਨੇ ਅਨਾਜ ਚਾਹੀਦਾ ਉਹਨਾਂ ਲਈ ਖੁਰਾਕ ਬਿਹਤਰ ਚਾਹੀਦੀ ਆ ਉਹਦੇ ਵਾਸਤੇ ਤਾਂ ਸਰਕਾਰ ਨੇ ਆਪਣੇ ਕਦਮ ਬੰਦ ਕਰ ਰੱਖੇ ਨੇ ਅਸੀਂ ਇਹ ਕਹਿੰਦੇ ਹਾਂ ਕਿ ਘੱਟੋ-ਘੱਟ ਪ੍ਰਤੀ ਵਿਅਕਤੀ 10 ਕਿਲੋ ਨਾਜ ਅਗਲੇ 6 ਮਹੀਨਿਆਂ ਤੱਕ ਦੇਣਾ ਚਾਹੀਦਾ ਸਾਡਾ ਗਦਾਉਣਾ ਗਦਾਮਾਂ ਦੇ ਵਿੱਚ ਅਨਾਜ ਸੜ ਰਿਹਾ ਸੁਸਰੀ ਤੇ ਚੂਹੇ ਖਾ ਰਹੇ ਨੇ ਉਹ ਲੋਕਾਂ ਨੂੰ ਦੇਣਾ ਚਾਹੀਦਾ ਲੈਫਟ ਇਧਰਾਂ ਨੇ ਹਮੇਸ਼ਾ ਸਮਾਜਵਾਦ ਦੀ ਗੱਲ ਕੀਤੀ ਹੈ ਕਰੋਨਾ ਨੇ ਸਮਾਜਵਾਦ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ ਹਾਲਾਂਕਿ ਸਰਕਾਰਾਂ ਨੇ ਕਦੀ ਸਮਾਜਵਾਦ ਦੀ ਗਲਤ ਨਹੀਂ ਕੀਤੀ ਹੈ ਲੇਕਿਨ ਜਿੰਨੀ ਵੀ ਕੀਤੀ ਹੈਗੀ ਉੱਤੇ ਬਹੁਤ ਜ਼ਿਆਦਾ ਅਸਰ ਪੈ ਗਿਆ ਅਸਰ ਬੇਸ਼ੱਕ ਪਿਆ ਪਰ ਉਹਨਾਂ ਨੇ ਕਿਉਂਕਿ ਪਬਲਿਕ ਸਿਸਟਮ ਹੋਣ ਕਰਕੇ ਉਹਨਾਂ ਨੇ ਇਸ ਤੇ ਕੰਟਰੋਲ ਵੀ ਕੀਤਾ ਹੈ ਤੇ ਜਿਹੜਾ ਨਿੱਜੀ ਕਰਨ ਦੀ ਹੋੜ 'ਚ ਲੱਗਿਆ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਤੇ ਕੇਰਲਾ ਇਹਦੀ ਸਾਫ ਉਦਾਹਰਣ ਹੈ ਜਿਨ੍ਹਾਂ ਨੇ ਸਰਕਾਰੀ ਹਸਪਤਾਲਾਂ ਤੇ ਟੈਕ ਕੀਤਾ ਔਰ ਉਹਦੀ ਤਿਆਰੀ ਕੀਤੀ ਉਹ ਤਿਆਰੀ ਦੇ ਵਿੱਚ ਭਾਰਤ ਸਰਕਾਰ 15000 ਕਰੋੜ ਦੇ ਐਲਾਨ ਕਰਦੀ ਹੈ ਲਾਕਡਾਊਨ ਕਰਦਿਆਂ ਹਾਂ ਕੇਰਲਾ ਦੀ ਸਰਕਾਰ ਜਿਹੜੀ ਲੈਫਟ ਫਰੰਟ ਦੀ ਆ ਉਹ 20000 ਕਰੋੜ ਦਾ ਆਪਣੇ ਸੂਬੇ ਦੇ ਲੋਕਾਂ ਲਈ ਪ੍ਰਬੰਧ ਕਰਦੀ ਹੈ ਪੰਜਾਬ ਦੇ ਵੀ ਕਾਫੀ ਲੋਕੀ ਪਸੰਦ ਕਰਦੇ ਕਿ ਕੈਪਟਨ ਮਰਿੰਦਰ ਸਿੰਘ ਨੇ ਬਹੁਤ ਵਧੀਆ ਫੈਸਲੇ ਲਏ ਨੇ ਕੋਰੋਨਾ ਦਾ ਟੱਕਰ ਕਰਨ ਵਾਸਤੇ ਨਾ ਖੋਏ ਆਵੇ ਕੱਲੇ ਫੈਸਲਿਆਂ ਨਾਲ ਨਹੀਂ ਸਰ ਜਾਂਦਾ ਜੇ ਲੋਕਾਂ ਦਾ ਢਿੱਡ ਨਹੀਂ ਭਰਦਾ ਭੁੱਖਾ ਰੋਜ਼ਗਾਰ ਆ ਸਵਾਲ ਆ ਇਹ ਸਾਰਿਆਂ ਸਵਾਲਾਂ ਦਾ ਸਮਾਧਾਨ ਕੈਪਟਨ ਸਰਕਾਰ ਤੋਂ ਵੀ ਨਹੀਂ ਹੋਇਆ ਪ੍ਰਾਪਰ ਤੇ ਜਿਹੜਾ ਅਨਾਜ ਵੰਡਣ ਦੇ ਸਵਾਲ ਤੇ ਵੀ ਲੋਕਾਂ ਨੇ ਸਵਾਲ ਚੁੱਕੇ ਨੇ ਔਰ ਥੈਲੀਆਂ ਤੇ ਵੀ ਲੋਕਾਂ ਨੇ ਸਵਾਲ ਚੁੱਕਿਆ ਇਹ ਗੱਲ ਮੈਂ ਮੀਟਿੰਗ 'ਚ ਵੀ 14 ਅਪ੍ਰੈਲ ਨੂੰ ਕਹੀ ਸੀ ਕੈਪਟਨ ਸਾਹਿਬ ਨੂੰ ਸਵਾਲ ਕਿਹੇ ਦੀਆਂ ਫੋਟੋਆਂ ਲਾ ਕੇ ਨਹੀਂ ਬੰਦੇ ਦਾ ਭੁੱਖਾ ਢਿੱਡ ਅਨਾਜ ਮੰਗਦਾ ਉਹ ਫੋਟੋ ਨਹੀਂ ਦੇਖਦਾ ਇਸ ਕਰਕੇ ਨਾਜ ਦੇਣਾ ਤੇ ਉਹਨਾਂ ਨੇ ਲੜੀਨੀਆਂ ਚੀਜ਼ਾਂ ਦੇਣੀਆਂ ਜਿਵੇਂ ਕੇਰਲਾ ਸਰਕਾਰ ਨੇ 35 ਕਿਲੋ ਨਾਜ ਤੇ 17 ਜ਼ਰੂਰੀ ਵਸਤੂਆਂ ਦਿੱਤੀਆਂ ਹਰ ਲੋੜਿੰਦੇ ਨਾਗਰਿਕ ਨੂੰ ਪਰ ਤੁਹਾਨੂੰ ਵੈਰੀ ਜੇ ਪੰਜਾਬ ਦੀ ਗੱਲ ਕਰੀਏ ਸੈਂਟਰ ਦੀ ਗੱਲ ਕੀਤੀ ਜਾਵੇ ਕਿਉਂਕਿ ਸੈਂਟਰ ਜ਼ਿਆਦਾ ਕੰਟਰੋਲ ਕੀਤਾ ਸੈਂਟਰ ਨੇ ਸੂਬਿਆਂ ਦੇ ਹੱਕ ਵੀ ਆਪਣੇ ਕੰਟਰੋਲ ਚ ਕਰਕੇ ਕੋਰੋਨਾ ਨੂੰ ਨਜਿੱਠਣ ਦੇ ਕਈ ਫੈਸਲੇ ਲਏ ਨੇ ਕਿ ਉੱਥੇ ਵਿਰੋਧੀ ਪਾਰਟੀਆਂ ਕਮਜ਼ੋਰ ਸੀ ਸੈਂਟਰ ਇਸ ਕਰਕੇ ਸੈਂਟਰ ਦੀ ਸਰਕਾਰ ਮਜ਼ਬੂਤ ਰਹੀ ਹੈਗੀ ਇਸ ਕਰਕੇ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਹਿਸਾਬ ਦੇ ਨਾਲ ਕਦੀ ਲੋਕਡਾਊਨ ਕਦੀ ਥਾਲੀਆਂ ਵੀ ਉਜਾਤੀਆਂ ਕਦੀ ਦੀਵੇ ਵੀ ਜਗਾਉਂਦੇ ਸੀ ਖੋ ਜਿਹੜਾ ਤਾਂ ਥਾਲੀਆਂ ਬਜਾਉਣੀਆਂ ਤਾਲੀਆਂ ਬਜਾਉਣੀਆਂ ਮੋਮਬਤੀਆਂ ਜਗਾਉਣੀਆਂ ਪਹਿਲੀ ਤਾਂ ਗੱਲ ਹੈ ਗੈਰ ਵਿਗਿਆਨਕ ਮਤਲਬ ਉਹਦਾ ਸਮਝਦਾ ਨਤੀਜਾ ਹੈ ਪਛਾਹ ਕਿ ਚੂ ਸੋਚਦਾ ਨਤੀਜਾ ਇਹ ਨਾ ਤਾਂ ਤਵਾਹੀ ਹੋ ਜਾਣੀ ਸੀ ਜੇ ਦੇਸ਼ ਦੇ ਟੌਪ ਦੇ ਇੰਜੀਨੀਅਰ ਵਾਰਨਿੰਗ ਨਾ ਕਰਦੇ ਇਹ ਠੀਕ ਆ ਪੰਜਾਬ ਦੇ ਲੋਕਾਂ ਨੇ ਉਹ ਮੋਮਬਤੀਆਂ ਵਾਲੇ ਨੂੰ ਤਾਂ ਰਿਸਪੌਂਡ ਹੀ ਨਹੀਂ ਕੀਤਾ ਬਾਕੀ ਵੀ ਸਾਰੇ ਮੁਲਕ ਦੇ ਵਿੱਚ ਚੰਗਾ ਰਿਆ ਨਹੀਂ ਤਾਂ ਸਾਰਾ ਸਾਡਾ ਸਿਸਟਮ ਕਲਾਪਸ ਹੋ ਜਾਣਾ ਸੀਗਾ ਇਹ ਠੀਕ ਆ ਗੱਲ ਵੀ ਇਸ ਕਰੋਨਾ ਦੇ ਨਾਂ ਦੇ ਉੱਤੇ ਕੇਂਦਰ ਦੀ ਸਰਕਾਰ ਕਿਊਮਨਲ ਵਾਇਰਸ ਆ ਜਿਹੜਾ ਉਹਨੂੰ ਸਪਰੈਡ ਕਰ ਰਹੀ ਹੈ ਤੇ ਆਪਣਾ ਜਿਹੜਾ ਏਜੰਡਾ ਹੈ ਆਰਐਸਐਸ ਦਾ ਉਸ ਏਜੰਡੇ ਨੂੰ ਹੀ ਅੱਗੇ ਵਧਾ ਰਹੀ ਆ ਉਹਦੇ ਨਤੀਜੇ ਵਜੋਂ ਜਿਹੜੇ ਲੋਕਾਂ ਦੇ ਹੱਕਾਂ ਹੱਕ ਦੇ ਕਾਨੂੰਨ ਸੀ ਸੰਵਿਧਾਨ ਦੇ ਵਿੱਚ ਬਿਨਾਂ ਪਾਰਲੀਮੈਂਟ ਸੈਸ਼ਨ ਤੋਂ ਰਾਸ਼ਟਰਪਤੀ ਤੋਂ ਮਨਜ਼ੂਰੀ ਲੈ ਕੇ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਨੇ ਚਾਹੇ ਲੇਬਰ ਕਾਨੂੰਨਾਂ ਨੂੰ ਸੋਧਣ ਦਾ ਸਵਾਲ ਆ ਚਾਹੇ ਕਿਸਾਨਾਂ ਦੇ ਹੱਕ ਵਿੱਚ ਜਿਹੜੇ ਕਾਨੂੰਨ ਸੀਗੇ ਮਾੜੇ ਮੋਟੇ ਉਹਨਾਂ ਨੂੰ ਤਬਦੀਲ ਕਰਨ ਦਾ ਸਵਾਲ ਆ ਅਸਲ ਵਿੱਚ ਉਹ ਬਗਿਆੜ ਕਿਸਮ ਦੀਆਂ ਜੜੀਆਂ ਵੱਡੀਆਂ ਦੇ ਉਹ ਕਾਰਪੋਰੇਟ ਲੈਵਲ ਦੀਆਂ ਕੰਪਨੀਆਂ ਨੇ ਉਹਨਾਂ ਦੇ ਮੂਹਰੇ ਛੱਡ ਦਿੱਤਾ ਗਿਆ ਸਮੁੱਚੇ ਦੇਸ਼ ਦੀ ਕਿਸਾਨੀ ਖੇਤੀਬਾੜੀ ਨੂੰ ਲੈ ਕੇ ਜਿਹੜੇ ਤਿੰਨ ਆਰਡੀਨੈਂਸ ਪਾਸ ਕੀਤੇ ਤਾਂ ਲੱਗਦਾ ਕਿ ਵਾਕੇ ਦੇਸ਼ ਦੀ ਜਿਹੜੀ ਕਿਸਾਨੀ ਤੇ ਖੇਸਾਨੀ ਇਹ ਤਬਾਹ ਹੋਏਗੀ ਇਹ ਤਿੰਨੇ ਆਰਡੀਨੈਂਸ ਦੇ ਨਾਲ ਦੇਸ਼ ਦੀ ਕਿਸਾਨੀ ਵੀ ਤਬਾਹ ਹੋਣੀ ਹੈ ਜਿਹੜਾ ਸਾਡਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਹ ਟੋਟਲ ਤਬਾਹ ਹੋਣਾ ਤੇ ਟੋਟਲ ਤੌਰ ਤੇ ਕਾਰਪੋਰੇਟ ਘਰਾਣਿਆਂ ਦੀ ਰੱਖਿਆ ਵਾਸਤੇ ਇਹ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਆ ਮਲਟੀਨੇਸ਼ਨਲ ਨੂੰ ਬੈਨੀਫਿਟ ਦੇਣ ਲਈ ਜੋ ਵਰਲਡਵਾਈਡ ਡਬਲਿਊ ਮਤਲਬ ਜਿਹੜੀ ਵਰਲਡ ਆਰਗੇਨਾਈਜੇਸ਼ਨ ਹੈਗੀ ਆ ਡਬਲਿਊਟੀਓ ਉਹਨੂੰ ਬੈਨੀਫਿਟ ਦੇਣ ਦੇ ਵਾਸਤੇ ਇਹ ਫੈਸਲੇ ਉਹਦੇ ਹਿੱਤ ਵਿੱਚ ਲਏ ਗਏ ਤੇ ਦੇਸ਼ ਦੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਬੈਨੀਫਿਟ ਦੇਣ ਲਈ ਤੇ ਜਿਹੜਾ 2020 ਦਾ ਬਿਜਲੀ ਐਕਟਾ ਉਹਨੂੰ ਜਿਹੜਾ ਸੋਧਿਆ ਜਾ ਰਿਹਾ ਉਹ ਰਾਜਾਂ ਦੇ ਅਧਿਕਾਰਾਂ 'ਚ ਸਿੱਧੀ ਦਖਲਅੰਦਾਜ਼ੀ ਹੈ ਸੀਪੀਐਮ ਦੇ ਮੁੱਖ ਮੰਤਰੀ ਕੇਰਲਾ ਦੇ ਨੇ ਸਭ ਤੋਂ ਪਹਿਲਾਂ ਚਿੱਠੀ ਲਿਖੀ ਵੀ ਇਹ ਰਾਜਾਂ ਦੇ ਅਧਿਕਾਰਾਂ 'ਚ ਵੀ ਦਖਲਅੰਜੀ ਆ ਜਿਹੜਾ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਜਿਹੜੇ ਗਰੀਬੀ ਦੀ ਰੇਖਾ ਤੋਂ ਥੱਲੇ ਲੈਣ ਆਲਿਆ ਉਹਨਾਂ ਦੇ ਘਰ ਦਾ ਲਾਟੂ ਉੱਜੇਗਾ ਇਹਦੇ ਨਾਲ ਅਕਾਲੀ ਦਲ ਵੀ ਆਪਣੇ ਆਪ ਕਹਿੰਦੇ ਕਿ ਅਸੀਂ ਸਟੇਟ ਦੇ ਹੱਕਾਂ ਦੀ ਗੱਲ ਬਹੁਤ ਕੀਤੀ ਹੈ ਕਿ ਪਰ ਇਹਨਾਂ ਮਸਲਿਆਂ ਦੇ ਅਕਾਲੀ ਦਲ ਬੜਾ ਚੁੱਪ ਰਹਿ ਕੇ ਬਿਆਨ ਆਂਦਾ ਹੈਗਾ ਕਿ ਕੁਰਬਾਨੀ ਦੇਣ ਨੂੰ ਤਿਆਰ ਆ ਅਕਾਲੀ ਦਲ ਦੀ ਹਾਲਤ ਇਹ ਆ ਵੀ ਸਿਰਫ ਇੱਕ ਵਜੀਰੀ ਖਾਤਰ ਪੰਜਾਬ ਦੇ ਸਾਰੇ ਹਿੱਤਾਂ ਨੂੰ ਅੱਜੋ ਕੁਰਬਾਨ ਕਰ ਰਹੇ ਨੇ ਨਾਉਨਾਲੇ ਪਾਣੀਆਂ ਦਾ ਸਵਾਲ ਆ ਨਾਉਨਾਲੇ ਚੰਡੀਗੜ੍ਹ ਪੰਜਾਬ ਨੂੰ ਸਵਾਲ ਰਹਿ ਗਿਆ ਤੇ ਨਾ ਪੰਜਾਬ ਦੇ ਹੋਰ ਮਸਲਿਆਂ ਦਾ ਸਵਾਲ ਅਕਾਲੀ ਦਲ ਲਈ ਸਿਰਫ ਹਰ ਸਿਮਰਤ ਕੌਰ ਬਾਦਲ ਦੀ ਕੁਰਸੀ ਸੇਵ ਚਾਹੀਦੀ ਆ ਇਸ ਤੋਂ ਵੱਧ ਉਹਨਾਂ ਦਾ ਸਾਹਮਣੇ ਕੋਈ ਏਜੰਡਾ ਨਹੀਂ ਹੈ ਆਪਣਾ ਬਿਜ਼ਨਸ ਜਿਹੜਾ ਹੈ ਉਹਨਾਂ ਦਾ ਇੱਕ ਏਜੰਡਾ ਹੈ ਇਸ ਵਾਸਤੇ ਉਹ ਲੋਕਾਂ ਦੀ ਅੱਖਾਂ ਪੁੰਜਣ ਵਾਸਤੇ ਗੱਲ ਕਰਦੇ ਆ ਅਸਲ ਵਿੱਚ ਜਦੋਂ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਦੇ ਹੱਕ ਵਿੱਚ ਮੋਹਰਾਂ ਲਾ ਕੇ ਆਉਂਦੇ ਨੇ ਚਾਹੇ ਐਨ ਆਰ ਸੀ ਦਾ ਸਵਾਲ ਸੀ ਐਨ ਪੀ ਆਰ ਦਾ ਸਵਾਲ ਸੀ ਸਾਰਿਆਂ ਤੇ ਮੋਹਰਾ ਲੱਗਿਆ ਹੈ ਚਾਹੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਤੋੜਨ ਦਾ ਸਵਾਲ ਸੀ ਉਹਦੇ ਤੇ ਮੋਹਰਾ ਲੱਗਿਆ ਹੈ ਉਹ ਚਾਹੇ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਢੀਂਡ ਸਾਹ ਹੋਵੇ ਸਾਰੇ ਉਹਦੇ ਤੇ ਮੋਹਰਾ ਲਾਉਣ ਵਾਲੇ ਆ ਚਾਹੇ ਆਪ ਵਾਲੇ ਹੋਣ ਤੇ ਉਹਦਾ ਵੀ ਜੇ ਵਿਰੋਧ ਕੀਤਾ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਤਾਂ ਉਹ ਸੀ ਪੀ ਆਈ ਐਮ ਨੇ ਕੀਤਾ ਦੂਸਰੀਆਂ ਲੈਫਟ ਪਾਰਟੀ ਜਨੂੰ ਲੈ ਕੇ ਤੇ ਅੱਜ ਵੀ ਅਸੀਂ ਉਹ ਦਾ ਡਟ ਕੇ ਵਿਰੋਧ ਕਰ ਰਹੇ ਹਾਂ ਹੋਰ ਪੰਜਾਬ ਜਿਹੜਾ ਮਸਲ ਹੈ ਬਹੁਤ ਜ਼ਿਆਦਾ ਪੰਚਾਇਤਾਂ ਨੇ ਮਤੇ ਪਾਸ ਕਰਤੇ ਨੇ ਜਿਹੜਾ ਸਮਾਜਿਕ ਤਾਣਾ ਬਣਾਉ ਕਾਫੀ ਉੱਤੇ ਅਸਰ ਪੈ ਰਿਹਾ ਹੈ ਕਿ ਜਿਹੜੇ ਜ਼ਿਮੀਦਾਰ ਜਾਂ ਕਿਸਾਨ ਨੇ ਜਿਹੜੇ ਝੋਨੇ ਦੇ ਲਵਾਈ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਉਹਨੂੰ ਕਿਵੇਂ ਦੇਖਦੇ ਆਗੇ ਉਹਦੇ ਚ ਇਹ ਆ ਮੈਂ ਅੱਜ ਚਿੱਠੀ ਵੀ ਲਿਖੀ ਆ ਮੁੱਖ ਮੰਤਰੀ ਨੂੰ ਸਾਰੇ ਪ੍ਰੈਸ ਨੂੰ ਵੀ ਜਾਰੀ ਮਤਲਬ ਕੀਤੀ ਆ ਉਹ ਚਲੀ ਜਾਏਗੀ ਮੇਲ ਪਹਿਲੇ ਤਾਂ ਗੱਲ ਹੈ ਵੀ ਪੰਚਾਇਤਾਂ ਕੋਲੇ ਕਾਨੂੰਨਨ ਤੌਰ ਤੇ ਲੇਬਰ ਦਾ ਰੇਟ ਤੈਅ ਕਰਨ ਦਾ ਕਾਨੂੰਨੀ ਅਧਿਕਾਰ ਕੋਈ ਨਹੀਂ ਹੈ। ਇਹ ਗੈਰ ਕਾਨੂੰਨੀ ਹੈ। ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਮੇਲ ਪਹੁੰਚ ਚੁੱਕੀ ਆ ਉਹ ਮੇਰੇ ਵੱਲੋਂ ਚਿੱਠੀ ਜਿਹੜੀ ਲਿਖੀ ਆ। ਬਈ ਪੰਚਾਇਤ ਡਿਪਾਰਟਮੈਂਟ ਦੇ ਰਾਹੀਂ ਪੰਚਾਇਤਾਂ ਨੇ ਜਿਹੜੇ ਗਲਤ ਮਤੇ ਪਾਏ ਉਹ ਰੱਦ ਕੀਤੇ ਜਾਣ ਤੇ ਉਹਨਾਂ ਪੰਚਾਇਤਾਂ ਦੇ ਖਿਲਾਫ ਜਿਨ੍ਹਾਂ ਨੇ ਗੈਰ ਕਾਨੂੰਨੀ ਮਤੇ ਪਾਏ ਆ ਉਹਨਾਂ ਦੇ ਖਿਲਾਫ ਅਨਸਾਸ਼ਨੀ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਦੂਸਰਾ ਪਹਿਲੂ ਇਹ ਆ ਮੈਂ ਉਹਦੇ ਵਿੱਚ ਦੋ ਗੱਲਾਂ ਕਹੀਆਂ ਨੇ। ਮੈਂ ਹੁਣ ਵੀ ਇਹ ਕਹਿਣਾ ਚਾਹੁੰਦਾ ਉਹਦੇ ਚ ਦੋ ਪਹਿਲੂ ਉਭਰੇ ਨੇ ਇੱਕ ਪਹਿਲੂ ਇਹ ਆ ਵੀ ਪੰਚਾਇਤਾਂ ਰਾਹੀਂ ਕਿਸਾਨ ਜਿਹੜੇ ਆ ਵੀ ਅਸੀਂ ਮਤੇ ਪਾਸ ਕਰਕੇ ਜਬਰੀ ਇੰਨੀ ਲੇਬਰ ਤੇ ਕੰਮ ਕਰਾਉਣਾ ਇੰਨੇ ਪੈਸੇ ਤੇ ਕਰਾਉਣਾ ਇੱਕ ਪਹਿਲੂ ਇਹ ਆ ਇਹ ਦੋ ਪਟਕਾ ਨੇ ਅਸਲ ਵਿੱਚ ਦੋਨੋਂ ਡੈਵੀਏਸ਼ਨਾਂ ਨੇ ਦੂਸਰਾ ਪਟਕਾ ਇਹ ਆ ਵੀ ਪ੍ਰਵਾਸੀ ਮਜ਼ਦੂਰ ਚਲੇ ਗਏ ਆਮ ਤੌਰ ਤੇ ਜਿਆਦਾ ਮжоਰਿਟੀ ਉਹੋ ਚੋਂ ਨਾ ਲਾਉਂਦੇ ਨੇ ਜਿਹੜੇ ਪਿੰਡੂ ਲੇਬਰ ਆ ਪੰਜਾਬੀ ਲੋਕਲ ਲੇਬਰ ਆ ਉਹਨਾਂ ਨੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਕੁਝ ਜਥੇਬੰਦੀਆਂ ਅਸੀਂ ਆ ਨਾਮ ਨਿਹਾਲ ਨੇ ਉਹਨਾਂ ਨੇ ਆਪਣਾ ਕਰਨਾ ਸ਼ੁਰੂ ਕਰ ਦਿੱਤਾ ਵੀ ਹੁਣ ਲੇਬਰ ਜੀ ਅਸੀਂ ਤਾਂ 6000 ਲਵਾਂਗੇ 6500 ਲਵਾਂਗੇ 7000 ਲਵਾਂਗੇ ਇਹ ਦੋਨੋਂ ਹੀ ਪਟਕਾ ਜਿਹੜੇ ਭਾਈਚਾਰੇ ਨੂੰ ਤੋੜਨ ਵਾਲੇ ਨੇ ਔਰ ਭਾਈਚਾਰੇ ਦੇ ਵਿੱਚ ਜਿਹੜੀ ਕੜਤਨ ਖੜੀ ਕਰਨਗੇ ਮੈਂ ਚਿੱਠੀ ਲਿਖ ਕੇ ਪੰਜਾਬ ਸਰਕਾਰ ਨੂੰ ਕਿਹਾ ਵੀ ਇਹਦਾ ਤੁਰੰਤ ਇੰਟਰਵੈਂਸ਼ਨ ਕਰੋ ਤੇ ਲੋਕਾਂ ਦੇ ਭਾਈਚਾਰੇ 'ਚ ਕੋਈ ਕੜਤਨ ਆਵੇ ਉਹਦਾ ਬੇਸਿਕ ਉਸੂਲ ਜਿਹੜਾ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਹੈ ਇਹ ਤੋਂ ਬਗੈਰ ਕੋਈ ਦੂਸਰਾ ਰਸਤਾ ਜਿੰਨਾ ਪਿਛਲੇ ਸਮੇਂ ਪਿਛਲੇ ਸਾਲ ਰੇਟ ਸੀ ਲਵਾਈ ਦਾ ਉਹਨੂੰ ਆਧਾਰ ਮੰਨ ਲਿਆ ਜਾਵੇ ਉਹਦੇ 'ਚ ਵੀ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਰੇਟ ਸੀ ਕਿਤੇ 2500 2600 2800 3000 3200 ਇਸ ਤਰ੍ਹਾਂ ਦੇ ਰੇਟ ਮਤਲਬ ਵੱਖ-ਵੱਖ ਉਹ ਵੈਰੀ ਕਰਦਾ ਵੱਖ-ਵੱਖ ਏਰੀਆ ਉਹਦੇ 'ਚ ਮੈਂ ਇਹ ਕਿਹਾ ਵੀ ਉਹਨਾਂ ਏਰੀਆ 'ਚ ਜਾਂ ਜ਼ਿਲ੍ਹਾ ਬਾਹਰ ਜਾਂ ਏਰੀਆ ਬਾਹਰ ਜਿਹੜਾ ਪਿਛਲਾ ਰੇਟ ਸੀ ਉਹਨੂੰ ਆਧਾਰ ਮੰਨ ਕੇ ਉਹਦੇ ਤੇ ਮਤਲਬ ਹੁਣ ਵਾਅਦਾ ਦੇ ਕੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਬਿਠਾ ਕੇ ਸੈਟਲਮੈਂਟ ਕਰਕੇ ਇਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੜਤੜ ਨਾ ਪਵੇ ਰੇਟ 'ਚ ਥੋੜਾ ਇਜ਼ਾਫਾ ਜ਼ਰੂਰ ਕਰਨਾ ਚਾਹੀਦਾ ਮਜ਼ਦੂਰਾਂ ਦੇ ਹਿੱਤ ਵਿੱਚ ਪਰ ਉਹਦੇ 'ਚ ਕੜਤੜ ਨਹੀਂ ਪੈਦਾ ਹੋਣ ਦੇਣੀ ਚਾਹੀਦੀ ਸਾਹਿਬ ਜੀ ਸਵਾਲ ਅਸੀਖੂ ਸਾਹਿਬ ਹਾਲਾਂਕਿ ਚਲੋ 22 ਦੂਰ ਵੀ ਹੈ ਲੇਕਿਨ ਨੇੜੇ ਵੀ ਹੈਗਾ 1.5 ਸਾਲ ਰਹਿ ਗਿਆ ਹੈਗਾ ਪੰਜਾਬ ਦੇ ਜਿਹੜੇ ਸਿਨੈਰੀਓ ਬਣ ਰਹੇ ਆ ਆਮ ਆਦਮੀ ਪਾਰਟੀ ਵੀ ਜਾਂ ਕਾਂਗਰਸ ਨਵਜੋਤ ਸਿੰਘ ਸਿੱਧੂ ਲੈ ਕੇ ਬੜੀ ਚਰਚਾ ਚੱਲ ਰਹੀ ਹੈਗੀ ਆ ਇੱਕ ਵੱਖਰਾ ਟਕਸਾਲੀ ਢੜਾ ਬਣਿਆ ਹੋਇਆ ਹੈ ਲੈਫਟ ਤੇ ਲੱਗ ਜਾ ਕੇ ਵੇਖਦੀ ਹੁੰਦੀ ਹੈ ਕਿ ਕਿਹਦੇ ਨਾਲ ਜਾਣਾ ਹੈ ਜਾਂ ਇਕੱਲੇ ਨੇ ਲੜਨਾ ਜਾਂ ਨਹੀਂ ਲੜਨਾ ਹੈਗਾ ਕੀ ਹੈ ਪੰਜਾਬ ਦਾ ਤੁਹਾਡੇ ਸਾਹਦੇ ਨਾਲ ਕੀ ਸੀਨ ਹੈ ਜੀ ਲਖੋ ਪੰਜਾਬ ਦੇ ਵਿੱਚ ਜਿਹੜਾ ਹੈ ਅਜੇ ਤਾਂ ਵੈਸੇ ਕਾਫੀ ਐਡਵਾਂਸ ਗੱਲ ਹੈ ਇਸ ਮਾਮਲੇ 'ਚ ਕੋਈ ਰਾਜਨੀਤਿਕ ਤੌਰ ਤੇ ਉਥਲ ਪੁਥਲ ਹੁੰਦੇ ਆ ਦਿਨਾਂ ਚ ਹੀ ਪਤਾ ਨਹੀਂ ਕੀ ਹੋ ਜਾਣਾ ਆਪਾਂ ਕਿਆਸ ਦੇ ਕੁਝ ਹੋਰ ਆ ਨੇੜੇ ਜਾ ਕੇ ਪਤਾ ਨਹੀਂ ਕੀ ਵਾਪਰ ਜਾਂਦਾ ਇੱਕ ਤੈ ਸਵਾਲ ਆ ਦੂਸਰਾ ਇਹ ਆ ਵੀ ਜਿਹੜਾ ਕਾਲੀ ਦਲ ਨੇ ਗਲਤੀਆਂ ਕੀਤੀਆਂ ਹੋਈਆਂ ਨੇ ਲੋਕ ਉਹਦੇ ਤੋਂ ਅਜੇ ਵੀ ਬਹੁਤ ਬੁਰੀ ਤਰ੍ਹਾਂ ਨਿਰਾਸ਼ ਨੇ ਜਿੱਥੋਂ ਤੱਕ ਆਪ ਦਾ ਉਹ ਗ੍ਰਾਫ ਬਹੁਤ ਨੀਵਾ ਹੋ ਚੁੱਕਿਆ ਜਿਹੜੇ ਕਹਿੰਦੇ ਆ ਵੀ ਸਾਡਾ ਵਿਚਾਰ ਕੋਈ ਨਹੀਂ ਅਸਲ ਚ ਸੋਸਾਇਟੀ ਚ ਵਿਚਾਰ ਹੀ ਪ੍ਰਵੇਲ ਕਰਦਾ ਵਿਚਾਰ ਹੀ ਫੈਸਲਾ ਕਰਦਾ ਵਿਚਾਰ ਹੀ ਲੜਦਾ ਤੇ ਜੇ ਜਿਹੜੀ ਪਾਰਟੀ ਇਹ ਕਹਿੰਦੀ ਹੈ ਵੀ ਸਾਡਾ ਵਿਚਾਰ ਕੋਈ ਨਹੀਂ ਹੈਗਾ ਤੇ ਉਹ ਪਾਰਟੀ ਤੇ ਲੋਕ ਕੀ ਭਰੋਸਾ ਕਰ ਸਕਦੇ ਆ ਤੇ ਜੇ ਭਰੋਸਾ ਕਰਨਗੇ ਤਾਂ ਲੋਕ ਧੋਖਾ ਖਾਣਗੇ ਦੂਸਰੀ ਗੱਲ ਉਹਨਾਂ ਦਾ ਰਿਲੇਸ਼ਨ ਕਿੰਨਾ ਨਾਲ ਨੇ ਪਿਛਲੇ ਸਮੇਂ ਚ ਚੋਣਾਂ ਚ ਵੀ ਦੇਖਿਆ ਤੇ ਉਹ ਲਾਣਾ ਜਿਹੜਾ 2020 ਚ ਖਾਲਿਸਤਾਨ ਦੇ ਨਾਂ ਤੇ ਰੈਫਰੈਂਡਮ ਕਰਾਉਣਾ ਚਾਹੁੰਦਾ ਜੇ ਉਹ ਲਾਣਾ ਆਪ ਨੂੰ ਫੰਡਿੰਗ ਕਰੇਗਾ ਤੇ ਤੋ ਸਮਝ ਲੈਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਬਹੁਤ ਵੱਡੇ ਆਗੂ ਸ਼ਹੀਦ ਕਰਾਏ ਨੇ ਔਰ ਲੈਫਟ ਨੇ ਬੜੇ ਵੱਡਾ ਯੋਗਦਾਨ ਪਾਇਆ ਪੰਜਾਬ 'ਚ ਅਮਨ ਸ਼ਾਂਤੀ ਨੂੰ ਕਾਇਮ ਕਰਨ ਲਈ ਤੇ ਅੱਜ ਅਸੀਂ ਇਹ ਸਮਝਦੇ ਆਂ ਕਿ ਜਿਹੜਾ ਅੱਜ ਵੀ ਖਾਲਿਸਤਾਨ ਦੇ ਨਾਂ ਤੇ ਨਾਅਰੇਬਾਜ਼ੀ ਹੋ ਰਹੀ ਆ ਉਹ ਗਲਤ ਐ ਔਰ ਪੰਜਾਬ ਨੇ ਬੜੇ ਸਾਲਾਂ ਬਾਅਦ ਅਮਨ ਤੇ ਸ਼ਾਂਤੀ ਪੰਜਾਬ 'ਚ ਬਹਾਲ ਕੀਤੀ ਆ ਤੋ ਉਸ ਬਹਾਲੀ ਲਈ ਅਸੀਂ ਸੀਪੀਐਮ ਲਗਾਤਾਰ ਲੋਕਾਂ ਦੇ ਅਸਲ ਮੁੱਦਿਆਂ ਨੂੰ ਲੈ ਕੇ ਬੇਰਜਗਾਰੀ ਦਾ ਸਵਾਲ ਆ ਪੜ੍ਹਾਈ ਦਾ ਸਵਾਲ ਆ ਸੇ ਸਹੂਲਤਾਂ ਦਾ ਸਵਾਲ ਆ ਵਡਾਪੇ ਨੂੰ ਜਿਹੜਾ ਰੋਲਿਆ ਜਾ ਰਿਹਾ ਇਹਨਾਂ ਨੂੰ ਸੁਵਾਲਣ ਦਾ ਸਵਾਲ ਆ ਜੇ ਚਾਰ ਸਵਾਲਾਂ ਦਾ ਸਮਾਧਾਨ ਨਹੀਂ ਹੁੰਦਾ ਹੈ ਮੈਂ ਇਹ ਸਪਸ਼ਟ ਰੂਪ ਚ ਕਹਣਾ ਐਜੂਕੇਸ਼ਨ ਹੈਲਥ ਵਡਾਪੇ ਨੂੰ ਮਤਲਬ ਸਾਹਮਣਾ ਇਹ ਜਿਹੜਾ ਸਾਡਾ ਪਬਲਿਕ ਸੈਕਟਰ ਆ ਉਹਨੂੰ ਕੌਡੀਆਂ ਦੇ ਭਾਅ ਵਿੱਚ ਐਰ ਹੈ ਉਹਨੂੰ ਬਚਾਉਣਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਤੇ ਦੇਸ਼ ਔਰ ਪੰਜਾਬ ਬਚਦਾ ਇਸ ਗੱਲ ਦੇ ਨਾਲ ਆ ਜੇ ਨਿੱਜੀ ਕਰਨ ਦੇ ਹੋਟ ਦੇ ਵਿੱਚ ਇਹ ਤਜਰਬਾ ਦੁਨੀਆ ਦੇ ਪਮਾਨੇ ਤੇ ਫੇਲ ਹੁੰਦਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਚ ਫੇਲ ਹੋਏਗਾ ਤੇ ਇਸ ਸੰਦਰਭ ਚ ਮੈਂ ਇਹ ਕਹਿ ਸਕਦਾ ਲੈਫਟ ਆਪਣੀ ਚੰਗੀ ਭੂਮਿਕਾ 2022 ਚ ਅਦਾ ਕਰੇਗਾ ਅਸੀਂ ਉਹਦੀਆਂ ਤਿਆਰੀਆਂ ਚ ਸੀਪੀਆਈਐਮ ਵੱਲੋਂ ਜੁਟੇ ਆ ਔਰ ਆ ਕਰੋਨਾ ਮਹਾਮਾਰੀ ਦੇ ਦੌਰਾਨ ਵੀ ਸੀਪੀਐਮ ਨੇ ਸਭ ਤੋਂ ਵੱਧ ਲੋਕਾਂ ਚ ਜਾ ਕੇ ਆਪਣਾ ਰੋਲ ਅਦਾ ਕੀਤਾ ਤੇ 16 ਤਰੀਕ ਨੂੰ ਅਸੀਂ ਚਾਰ ਸਵਾਲਾਂ ਦੇ ਉੱਤੇ ਦੇਸ਼ ਵਿਆਪੀ ਇੱਕ ਬਹੁਤ ਵੱਡੀ ਮੂਵਮੈਂਟ ਕਰ ਰਹੇ ਆ 10 ਕਿਲੋ ਨਾਜ ਪ੍ਰਤੀ ਵਿਅਕਤੀ 6 ਮਹੀਨੇ ਵਾਸਤੇ ਜਿਹੜਾ ਇਨਕਮ ਟੈਕਸ ਪੇ ਨਹੀਂ ਕਰਦਾ ਉਹਨਾਂ ਸਾਰਿਆਂ ਦੇ ਖਾਤਿਆਂ 'ਚ ਅਗਲੇ 6 ਮਹੀਨੇ ਤੱਕ 75-7500 ਰੁਪਇਆ ਪਾਓ ਪ੍ਰਵਾਸੀਆਂ ਨੂੰ ਸੁਰੱਖਿਤ ਵਾਪਸ ਭੇਜੋ ਨਰੇਗਾ 200 ਦਿਨ ਦਾ ਕਰਕੇ 600 ਰੁਪਇਆ ਉਹਦੀ ਦਿਹਾੜੀ ਕਰੋ ਨਰੇਗਾ ਚ ਤਾਂ ਇਸ ਸੰਕਟ ਦੇ ਵਿੱਚੋਂ ਨਿਕਲ ਸਕਦੇ ਆ ਇਹ ਅਸੀਂ ਆਉਣ ਵਾਲੇ ਉਹ ਮਿਹਰਬਾਨੀ ਜੀ ਇਹ ਸਿਰਫ ਕਾਮਰੇਡ ਸੇਖੋ ਜਿਨ੍ਹਾਂ ਨੇ ਦਿਲ ਖੋਲ ਕੇ ਗੱਲਾਂ ਕੀਤੀ ਔਰ ਜਿੱਥੋਂ ਤੱਕ ਮਸਲਾ ਹੈਗਾ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਨੇ ਕਿਹਾ ਕਿ ਸੈਂਟਰ ਦੇ ਵਿੱਚ ਜਿਨ੍ਹਾਂ ਦੀ ਸਰਕਾਰ ਆ ਉਹ ਕੋਰੋਨਾ ਵਾਇਰਸ ਨਹੀਂ ਉਹ ਕ੍ਰਿਮੀਨਲ ਵਾਇਰਸ ਦੇਸ਼ ਵਿੱਚ ਫਲਾ ਰਿਹਾ ਉਹ ਜਿੱਦ ਤੱਕ ਪੰਜਾਬ ਦਾ ਮਸਲਾ ਹੈਗਾ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ ਆ ਨਾ ਕਿ ਜਿਹੇ ਖਾਲਿਸਤਾਨ ਵਾਲੇ ਮੁੱਦਿਆਂ ਨੂੰ ਤੋਂ ਕੈਪਟਨ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਦੀ ਨਿਊਜ਼ ਚੰਡੀਗੜ੍ਹ